ਮਨ ਲੋਚੈ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆ ਮੈਂ ਲਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਇਆ ਮੈਂ ਦੱਸਹੋ ਮਾਰਗ ਸੰਤੋ ਮੈਂ ਦੱਸਹੋ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਇਆ ਕਿਉਂ ਪ੍ਰਭੂ ਮਿਲਾਇਆ ਕੋਈ ਐਸਾ ਸੰਤ ਮੋਕੋ ਫਿਰ ਹੈ ਮਿਲਾਵੇ ਕੋਈ ਐਸਾ ਸੰਤ ਮੋਕੋ ਫਿਰ ਹੈ ਮਿਲਾਵੇ ਕੋਈ ਐਸਾ ਸੰਤ ਮੋਕੋ ਫਿਰ ਹੈ ਦਰਸ਼ਨ ਕੀ ਮਨ ਆਸ ਕਨੇਰੀ ਦਰਸ਼ਨ
Let's go.
ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਿਹਨਾਂ ਦੇ ਅੰਦਰ ਗੁਰੂ ਰਾਮ ਦਾ ਪਾਤਸ਼ਾਹ ਜੀ ਨੂੰ ਮਿਲਣ ਦੀ ਕਿੰਨੀ ਤੜਫ ਹੈ ਗੁਰੂ ਨੂੰ ਮਿਲਣ ਦੀ। ਅੱਜ ਦੇ ਪ੍ਰਚਾਰਕ ਲੋਕ ਕਹਿੰਦੇ ਨੇ ਆਹ ਜਿਹੜੀ ਕੁਦਰਤਵਾਨ ਰੱਬ ਨੇ ਬਣਾਈ ਹੋਈ ਇਹੋ ਹੀ ਰੱਬ ਵਾ, ਹੋਰ ਕੋਈ ਰੱਬ ਨਹੀਂ ਹੈਗਾ। ਗੁਰੂ ਪਿਆਰਿਓ ਜੀ ਉਹੀ ਰੱਬ ਸੀ, ਕੀ ਲੋੜ ਸੀ ਇੰਨੇ ਤਰਲੇ ਲੈਣ ਦੀ। ਮੇਰਾ ਮਨ ਲੋਚੈ ਗੁਰਦਰਸ਼ਨ ਬਿਲਪ ਕਰੈ ਜਾਤ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀ। ਮੈਨੂੰ ਮੇਰਾ ਗੁਰੂ ਸੰਤ ਨਹੀਂ ਮਿਲਦਾ, ਮੇਰੇ ਮਨ ਦੀ ਤੜਫ ਨਹੀਂ ਜਾਂਦੀ। ਜੇ ਆ ਫੁੱਲ ਬੂਟੇ ਦਰਖਤ ਹੈ ਤੇ ਪਰਮਾਤਮਾ ਦੇ ਭਾਏ ਉਹਦੀ ਕੁਦਰਤ ਹੈ, ਜੇ ਉਹੀ ਰੱਬ ਹੈ ਤੇ ਕੀ ਲੋੜ ਸੀ ਇੰਨੇ ਤਰਲੇ ਲੈਣ ਦੀ। ਮਿਲ ਮੇਰੇ ਪ੍ਰੀਤਮਾ ਜੀਓ ਹਉ ਤੁਧ ਮਿਨ ਖਰੀ ਨਮਾਣੀ, ਮੈਂ ਨੈਣੀ ਨੀਂਦ ਨਾ ਜਾਵੈ ਭਾਵੈ ਅੰਨ ਨਾ ਪਾਣੀ। ਮੇਰੀ ਅੱਖਾਂ 'ਚ ਨੀਂਦ ਹੋ ਲੱਗੀ, ਮੈਨੂੰ ਅੰਨ ਪਾਣੀ ਨਹੀਂ ਚੰਗਾ ਲੱਗਦਾ, ਮੈਂ ਥੱਲੇ ਸੌਂ ਕੇ ਵੀ ਗੁਜ਼ਾਰਾ ਕਰ ਲੂੰਗੀ ਇੱਕ ਵਾਰੀ ਮਿਲ ਸੀ। ਅਤੇ ਪਰ ਅੱਜ ਦੇ ਜਿਹੜੇ ਪ੍ਰਚਾਰਕ ਨੇ ਉਹ ਸਾਇੰਟਿਸਟਾਂ ਦੇ ਮਗਰ ਲੱਗ ਕੇ ਕਹਿੰਦੇ ਨਹੀਂ ਕੋਈ ਰੱਬ ਹੈ ਨਹੀਂ, ਆਹ ਜੋ ਕੁਝ ਬਣਿਆ ਇਹੋ ਰੱਬ ਹੈ। ਤਾਂ ਗੁਰੂ ਦੇ ਪਾਤਸ਼ਾਹ ਜੀ ਇਹ ਉਹਨਾਂ ਦੇ ਅੰਦਰ ਦੀ ਤੜਪ ਹੈ। ਹੁਣ ਕਦ ਮਿਲੀਐ ਹੁਣ ਕਦ ਕਦ ਮਿਲੀਆਂ ਪੈ ਪੁੱਤ ਭਗਵੰਤਾ, ਇੱਕ ਘੜੀ ਨਾ ਮਿਲਤੇ ਇੱਕ ਲੜੀ ਕੁਰਲਾਏ ਇੱਕ ਲੜੀ ਕੁਰਲਾ
ਇੱਕ ਕੜੀ ਦਿਨ ਮੋਕੋ ਬਹੁਤ ਦਿਹਾਰੇ ਇੱਕ ਕੜੀ ਦਿਨ ਚਾਰ ਪੈਰ ਚਾਹ ਚੁੱਕੇ
ਦਰਸ਼ਨ ਕੀ ਮਨ ਆਸ ਬਾਰੀ
ਕਿਰਪਾਲ ਸੁਆਮੀ ਮੇਰੇ ਸੰਤਾ ਸੰਗ ਵਿਹਾਵੇ ਵਾਹਿਗੁਰੂ
ਪੰਚ ਦੂ ਮਿਲ ਫਿਰ ਹੋ ਵਿਛੋੜੀ ਅਵਰ ਪੰਚ ਹਮ ਏਕ ਜਨਾ ਪੰਚ ਦੂਤ ਮਿਲ ਫਿਰੋ ਵਿਛੋੜੀ ਅਵਰ ਪੰਚ ਹਮ ਏਕ ਜਨਾ ਕਿਉਂ ਰਾਖੋ ਕਰ ਬਾਰ ਮਨਾ ਮਾਰੇ ਲੂਟੇ ਨੀਤ ਨੀਤ ਕਿਸ ਆਗੈ ਕਰੀ ਪੁਕਾਰ ਜਨਾ ਹਰ ਕੇ ਲੋਗਾ ਮੋਗੋ ਨੀਤ ਦੱਸੈ ਪਟਵਾਰੀ ਨੀਤ ਦੱਸੈ ਪਟਵਾਰੀ ਉਪਰ ਪੁਜਾ ਕਰ ਮੈਂ ਗੁਰਪੇ ਪੁਕਾਰਿਆ ਤਿੰਨੋ ਲੀਆ ਉਬਾਰੀ ਪੰਜ ਦੂਤ ਮਿਲ ਪਿਰੋ ਵਿਛੋੜੀ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰ ਜੀਤੇ ਅੰਤਰ ਪਾਲਿਓ ਪਹੁੰਚ ਦੂਤ ਮਿਲ ਪਿਰੋ ਵਿਛੋ ਪ੍ਰਮ ਪ੍ਰਮ ਰੋਗ ਹੱਥ ਪਿਛੋੜੀ ਪ੍ਰਮ ਪ੍ਰਮ ਦਰਸ਼ਨ ਕੀ ਮਨ ਆਸ
ਮਿਲੈ ਕਿਤ ਗਲੀ ਹਰ ਕੇ ਸੰਤਾ ਬਤਾਵੋ ਮਾਰਗ ਹਮ ਪੀਛੇ ਲਾਗ ਚਲੀ ਹਰ ਕੇ ਸੰਤ ਬਤਾਵੋ ਮਾਰਗ ਹਮ ਪੀਛੇ ਲਾਗ ਚਲੀ ਦਰਸ਼ਨ ਕੀ ਮਨ ਆਸ ਇੱਕ ਪਲ ਦਿਨ ਮਨ